ਕਲੋਲ ਹੋ ਗਈ ਸਾਡੇ ਨਾਲ ਅੱਜ ਦੀ ਰਸੋਈ ਫੌਜੀ ਦੇ ਹਿੱਸੇ ਦੇ ਹੈ ਨਹੀਂ ਪੁੱਤੋ ਦੇ ਜਿਹੜੇ ਡੱਬੇ ਹਨ ਉਹਨਾਂ ਤੇ ਲਈ ਪੇਸਣ ਲੈ ਸਵਾਦ ਅਨੁਸਾਰ ਥੋੜਾ ਲੋ ਜੀ ਇਹ ਵੀ ਨਹੀਂ ਵਰਤਦੇ ਹੁਣ ਲਾਲ ਮਿਰਚ ਫੌਜੀ ਲਾਇਆ ਹੋਇਆ ਪੱਖੀ ਚੱਲਣ ਨੂੰ ਉਹ ਲਾਹਾ ਭਾਈ ਪਟਾਇਆ ਹੋਇਆ ਤੂੰ ਦੇ ਰਿਹਾ ਆਲੂਆਂ ਦਾ ਆਲੂਆਂ ਵਰਗੇ ਆਲੂਆਂ ਅੱਜ ਦੀ ਰਸੋਈ ਫੌਜੀ ਦੇ ਹਿੱਸੇ ਪਤਾ ਨਹੀਂ ਕਿਆ ਕਰਨ ਲੱਗਿਆ ਕੱਢਦਾ ਕਿਆ ਲੈ ਗਿਆ ਇਹਦੇ ਸੌਥੀ ਵਿੱਚ ਪਾਈ ਭਰਾ ਕਿਹੜੀ ਸੌਸ ਕਿਹੜੀ ਸੌਸ ਪਾਤੀ ਨੇ ਆ ਕੀ ਪਾਇਆ ਮਿੱਠੀ ਸੌਸ ਪਾਤੀ ਚੱਲ ਕਿਤੇ ਨੀ ਇਹ ਕੁਛ ਲੱਗਿਆ ਅੱਜ ਬਣਾਉਣ ਪਤਾ ਨਹੀਂ ਕਹਿੰਦਾ ਅੱਜ ਰਸੋਈ ਮੈਨੂੰ ਦੇ ਦਿਓ ਕਹਿੰਦਾ ਉਹ ਤੁਹਾਡਾ ਭਲਾ ਹੋ ਜਾਏਗਾ ਚੱਕੇ ਫਿਰਦਾ ਤੂੰ ਅੱਛਾ ਅੱਜ ਬਣਾਵਾਂਗੇ ਆਪਾਂ ਗ੍ਰਿਲਡ ਚਿਕਨ ਅਤੇ ਤੰਦੂਰ ਲਿਆਂਦਾ ਸੀਗਾ ਰਾਤੀਂ ਮੰਗਵਾਂ ਦੇਖਣਾ ਬਣਾ ਕੇ ਉਹ 'ਚ ਕਿਵੇਂ ਬਣਦਾ ਫਿਰ ਅਸੀਂ ਆਪਣਾ ਖੁਦ ਦਾ ਬਣਾਵਾਂਗੇ ਅਤੇ ਹੁਣ ਕਿਹਾ ਜੀ ਤਾਂ ਫੌਜੀ ਤੈਨੂੰ ਪਹਿਲੇ ਬੇਸਣ ਬੇਸਣ ਦੇਖਦੇ ਅੱਜ ਮੈਂ ਤਾਂ ਕਦੀ ਬਣਾਏ ਨਹੀਂ ਫੌਜੀ ਆਉਂਦਾ ਵੀ ਹੈਗਾ ਤੈਨੂੰ ਬਣਾਉਣਾ ਬਣਾਵਾਂਗੇ ਕੁਛ ਤਾਂ ਕੱਢਾਂਗੇ ਸੱਪ ਬਣਾਵਾਂਗੇ ਸੁੱਪੇ ਨਿਕਲਣਾ ਮੇਰੇ ਹਿਸਾਬ ਨਾਲ ਤਾਂ ਬੇਸਣ ਪਾ ਬੇਸਣ ਲਏ ਸਵਾਦ ਅਨੁਸਾਰ ਥੋੜ੍ਹਾ ਜਿਹਾ ਪਾਉਣਾ ਬੇਸਣ ਬਹੁਤਾ ਨਹੀਂ ਪਾਉਣਾ ਹੈਗਾ ਆਪਾਂ ਨੇ ਬਸ ਕਰ ਬਹੁਤ ਆ ਨਾ ਕਲੋਲ ਹੋ ਗਈ ਸਾਡੇ ਨਾਲ ਮਿਰਚਾਂ ਨਹੀਂ ਹੈਗੀ ਲਾਲ ਤੇ ਹੁਣ ਕੋਲੀ ਲੈ ਕੇ ਚੱਲੇ ਹੁਣ ਮਿਰਚਾਂ ਲੈਣਾ ਚੱਲ ਬਾਈ ਫੌਜੀ ਕਲਿਆਣਾ ਦੇ ਪੁੱਜ ਗਏ ਲਾਲ ਮਿਰਚ ਲੈ ਕੇ ਜਾਂਦੇ ਆ ਮੰਮੀ ਨੇ ਜ਼ਿਆਦਾ ਪਾਤੀ ਲਾਲ ਮਿਰਚਾਂ ਕਰ ਲਓ ਕਿਉਂ ਨੂੰ ਭਾਂਡਾ ਅੱਧਾ ਚਮਚੇ ਜਿਹੜੇ ਲੋ ਜੀ ਮਿਰਚ ਹੋਏ ਵੀ ਨਹੀਂ ਹੈਗੀ ਲਾਲ ਮਿਰਚ ਕੋਈ ਵੀ ਨਹੀਂ ਵਰਤਦਾ ਅੱਜ ਕੱਲ੍ਹ ਦੇ ਦੇ ਮਾਤਾ ਸਾਡੇ ਵੀ ਲੋ ਜੀ ਇਹ ਵੀ ਨਹੀਂ ਵਰਤਦੇ ਹੁਣ ਲਾਲ ਮਿਰਚ ਪੰਗਾ ਪੈ ਗਿਆ ਹਰੀ ਆ ਤਾਂ ਸਾਡੇ ਬਥੇਰੀ ਆ ਮਿਰਚ ਫੇਰ ਨਹੀਂ ਮਿਲੀ ਹੈਗੀ ਹੁਣ ਨਵਾਂ ਚਕਾੜ ਲਾਉਣਾ ਪੈਣਾ ਕੋਈ ਟਮਾਟਰ ਤੇ ਧਨੀਆ ਮਿਲ ਗਿਆ ਤੇ ਹੁਣ ਆਪਾਂ ਹਰੀ ਮਿਰਚ ਆਪੇ ਪੀਸਾਂਗੇ ਹੁਣ ਆਪੇ ਐਫਰਟ ਕਰਨਾ ਪਊਗਾ ਇਹਨਾਂ ਨੂੰ ਪੀਸਦੇ ਹਾਂ ਲਾਲ ਮਿਰਚਾਂ ਨੂੰ ਵਾਧੂ ਹੋ ਜਾਣੀ ਮਿਰਚ ਥੋੜ੍ਹੇ ਕੋਲ ਹੋ ਗਿਆ ਪੀਸ ਸਾਫ਼ ਤੀ ਇੱਕ ਮਿਰਚ ਸਾਰੀ ਬੱਚੇ ਰਹਿ ਗਈ ਅੱਧੀ ਸਾਫ਼ ਤੀ ਕੱਢਦੇ ਬਾਕੀ ਤਾਂ ਹੋਏ ਗਈ ਸੁਬਾਂਦਰ ਆਂਡਾ ਫੋੜਨਾ ਨਹੀਂ ਆਇਆ ਤੈਨੂੰ ਹਲੇ ਚਮਚੇ ਕਾਣਾ ਰਲ ਗਿਆ ਪੰਜ ਇੱਕ ਦਾ ਮਸਾਲਾ ਰਚ ਗਿਆ ਇਹ 'ਚ ਹੁਣ ਇਹਨੂੰ ਦੋ ਤਿੰਨ ਘੰਟੇ ਲਈ ਆਪਾਂ ਨੇ ਫਰਿੱਜ 'ਚ ਲਾ ਦੇਣਾ ਬਸ ਗੱਲ ਖਤਮ ਸ਼ਾਮ ਨੂੰ ਦੇਖਾਂਗੇ ਹੁਣ ਪਲੇਟ ਕੌਣ ਦੇਣੀ ਆ ਪਿਆ ਰਹਿੰਦੇ ਲੱਕੜੇ ਹੁੰਦੀ ਲੈ ਭਾਈ ਹੁਣ ਕੋਲਾ ਪਾਉਣ ਲੱਗੇ ਆ ਲੱਕੜੇ ਹੁੰਦੀ ਆ ਦੇਖਦੇ ਆਪਾਂ ਕਿਆ ਬਣਦਾ ਹੁਣ ਸਾਡਾ ਤੰਦੂਰੇ ਨਹੀਂ ਹਲੇ ਗਰਮ ਹੋ ਰਿਹਾ ਹੈਗਾ ਇੱਕ ਕੋਲੇ ਨੂੰ ਪੈ ਚੁੱਕੀ ਆ ਸੰਘਰਸ਼ ਚੱਲ ਰਿਹਾ ਕਿਤੇ ਨਹੀਂ ਹੌਲੀ ਹੌਲੀ ਹੋ ਜਾਣਾ ਜੀ ਸੰਘਰਸ਼ ਆਪਣਾ ਪੂਰਾ ਤੇ ਹੁਣ ਡੀਜ਼ਲ ਸੁੱਟ ਕੇ ਫਿਰ ਆਪਾਂ ਨੇ ਅੱਗੇ ਲਾ ਲਈ ਆਪੇ ਬੁੱਝਣਗੀ ਹੁਣ ਹੌਲੀ ਦੇਣੇ ਬੁੱਝਣੀ ਹੁਣ ਹੌਲੀ ਦੇਣੀ ਕਿ ਹੁਣੀ ਬੁੱਝਣੀ ਅੱਗ ਦੇ ਕਿੰਨੀ ਸੁਣਨ ਲੱਗਦੀ ਆ ਫੌਜੀ ਲਾਇਆ ਹੋਇਆ ਪੱਖੀ ਚੱਲਣ ਨੂੰ ਚੱਲੀ ਚੱਲ ਫੌਜੀ ਫਟਾਫਟ ਪੀਸ ਬੜੇ ਨਹੀਂ ਹੈਗੇ ਗੇਰ ਹੋਣਾ ਸਹੀ ਪਹਿਲੀ ਚੜ ਗਈ ਆਪਣੀ ਹੈ ਸਲਾਈ ਹੁਣ ਦੂਜੀ ਸਲਾਈ ਪਾਵਾਂਗੇ ਲੂਣ ਮਿਰਚ ਐਨ ਪਰਫੈਕਟ ਆ ਬਸ ਇਹੀ ਹੈ ਕਿ ਜਿੱਥੇ ਥੋੜ੍ਹਾ ਜਿਹਾ ਜ਼ਿਆਦਾ ਸੇਕ ਲੱਗ ਗਿਆ ਥੋੜ੍ਹਾ ਜਿਹਾ ਜਿਹੜਾ ਕਾਲਾ ਹੋ ਜਾਂਦਾ ਉਹ ਥੋੜ੍ਹਾ ਜਿਹਾ ਕੌੜਾ ਹੋ ਜਾਂਦਾ ਨਾ ਇਹਦਾ ਕੋਈ ਇਲਾਜ ਤਾਂ ਹੈ ਨਹੀਂ ਨਾ ਹੁਣ ਚਲੋ ਵਧੀਆ ਬਣਿਆ ਵੈਸੇ ਪਹਿਲੀ ਵਾਰ ਟਰਾਈ ਕੀਤਾ ਕੰਮ ਲੋਟ ਆ ਲਾਹਾ ਭਾਈ ਪਟਾਇਆ ਪਿਆ ਹੁਣ ਅਮਨ ਘੁੰਮਦੇ ਨਹੀਂ ਪਤਾ ਨਹੀਂ ਯਾਰ ਇੱਧਰ ਆ ਵੀ ਆਈ ਵੀ ਦਾਵਤ ਪਰ ਉੱਕ ਪੁੱਜ ਗਈ ਦਾਵਤ ਪਰ ਆ ਗਈ ਜੀਭ 'ਚ ਪਾਣੀ ਆ ਰਿਹਾ ਜੀਭ 'ਚ ਪਾਣੀ ਉੱਕ ਖਾਣਾ ਖਾਣਾ ਦੱਸ ਦੇ ਜੀਭ ਕੱਢ ਕੇ ਦਿਖਾ ਬਾਕੀ ਆ ਫੌਜੀ ਦੀ ਨਿਗਾਹ ਤਾਂ ਉਹਦੇ ਉੱਪਰ ਕਿੱਥੇ ਗਿਆ ਯਾਰ ਉਹ ਦੇਖ ਫਿਰਦੇ ਫੌਜੀ ਕਹਿੰਦਾ ਲਾਲ ਜਿਹਾ ਪਾਉਣਾ ਪਤੀਲੀ 'ਚ ਮੈਂ ਕਿਹਾ ਰਹਿਣ ਦੇ ਭਰਾ ਕਾਹਨੂੰ ਯਾਰ ਹੁਣ ਆਲੂ ਲਾ ਲਏ ਆਪਣੇ ਉੱਪਰ ਆਲੂ ਦੇਖਦੇ ਆ ਕਿ ਆਲੂ ਕਿੱਦਾਂ ਬਣਦੇ ਆ ਵਧੀਆ ਬਣਦੇ ਆ ਕਿ ਨਹੀਂ
देखते हैं जी भी आज एक्सपेरीमेंट अज कर रहे हैं। तंदूर फिर नवा लेके आवेंगे, हम तंदूर वाला सिस्टम का सानू पसंद आ गया, नवा तंदूर बनवावे। कल्याण करके आलू का पंगा लेना पिया सानू, क्या क्या जे बने क्या कहना तू, क्या रिव्यू दे रहा आलू आलू वर्ग आलू आलू कुछ नहीं बेइज्जती करता पहले हाँ पता नहीं है आलू वर्ग आलू है ना उ बाल लेंगे चलो